آل محمد اجل فرجا آل محمد ربا صلی اللہ محمد و آل محمد باواز بلند صلوات صلوات دا پڑھنا عظیم عبادت ہے باواز بلند صلوات اللہم نعرہ تکبیر نعرہ رسالت نعرہ حیدری نعرہ حیدری اس پاک ذکر دی قبولیت واسطے باواز بلند صلوات اللہم ماشاءاللہ ولا قوت الا باللہ العلی العظیم بسم اللہ الرحمن الرحیم صلوات الحمد لله الذي نور قلوبنا بمصائب الحسين صلوات زينة المسجد والمنبر فاؤته الهدى والبدر والهنائن سید الاولیاء و امام الہدا و امیر المومنین نجف دے والے رضا تے صلوات اللہ تی کاولت صبحت للائیاں میاں مصائب پردہ پیاں نہ دے جھنگائے دور لیکن تے ہون لا شبابے توں آئیاں توں تیرا ذربا ہائیو نال کٹھائیو میں ایک ایک گن دی مکانیوں میڈی سینڈ رو رو کیا دیئے کیوں ظالم ظلام کریں دائے تے میں کوئی پانی منگ دے پئیاں منگ دی کے یہاں بی بی رو رو کیا دی ہی کا چادر دے پھوپے زینب دی وہ یا منت کریں دی پئیاں جی میں ہزار دفعہ کہ میں کوئی تھک دا پیاں علی دیاں دیاں تڑی مکان قبول فرماوے بی بی رو رو کی قاتل علی پاس دے کیا دیئے نا دے جھن کا اے دور لے گل تے ہونے لاش بابے توں آئیاں توں تیرا ضربہ ہائیو نال کٹھائے وہ میں ایک ایک گن دے رہی بسم اللہ کرنا ہزار دفعہ کہو جی علی دیاں دیاں تیڑی مکان قبول فرماوے رو کیا دیئے کیوں ظالم ظلام کریں دائے تے میں کوئی پانی منگ دے بھئیاں ہی کا چادر دے پھوپے زینب دی وہ یا منت کرے دی پئیم حسین راضی انہیں بس میرے واجب و احترام تشریف فرمائیں ہیک دا ہیک دکھ حسین دی اس دکھی دی دا سناواں جیڑی چار سال دی عمر جو بڑھڑی تھی ہے چھوٹی اولاد آلیو اے حسین جدہ دنیا تے آئیے نا میڈے امام دین ہوئی جاتھا تے چاہیا ہے جناب فضا کولا کے آدن حسین مبارک ہے اللہ دھی دیتی ہے اللہ شریفہ نو دھیاں دین دے روندہ کیوں ہے اس واسطے روندہ ہے جو اللہ دھی دیتی ہے امام فرمائن ہے نہیں روندہ اس واسطے پیاں دھی او دنیا تے آئی جن دی زندگی تھوڑی ہے دوک ڈھیر ہیں بھلا انہیں علی دیاں دھیاں 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 پرسا منظور فرماوین بس ایک یا دو منٹ میں بیان کرنا چاہنا
ਦਿਓ ਦੁਨੀਆ 'ਤੇ ਆ ਗਈ ਰੋਣ ਵਾਲਿਓ, ਜਾਂਦੀ ਜ਼ਿੰਦਗੀ ਥੋੜ੍ਹੀ ਏ ਦੁੱਖ ਢੇਰ ਹਨ, ਬਸ ਮੁਕਾਣੀਓ ਇੱਕ ਦਿਨ ਜ਼ਿੰਦਾਨ 'ਚ ਬਹੁਰੂਨੀ। ਉਮਲ ਮਸੈਬ ਸਹਿਣ 'ਚ ਆਇਆ ਚੁੱਪ ਨਿਸ ਕੀਤੀ, ਬੇ ਔਲਾਦ ਸਹਿਣ 'ਚ ਆਇਆ ਚੁੱਪ ਨਿਸ ਕੀਤੀ। ਸਜਾਦ ਬਹਿਣ ਦੀਆਂ ਜ਼ਖਮੀ ਬਾਹੀਂ ਚੁੰਮ ਕੇ ਫਰਮਾਉਂਦੇ ਨੇ ਕਿਉਂ ਭਈ ਰੋਂਦੀ ਹੈ। ਆਦੀ ਸਜਾਦ ਵੀਰ ਮੈਨੂੰ ਬਾਬਾ ਯਾਦ ਪਿਆਉਂਦਾ ਹੈ, ਅੱਜ ਮੈਨੂੰ ਬਾਬਾ ਮਿਲਾ। ਮੁਕਾਣੀਓ ਮੇਰੇ ਇਮਾਮ ਜ਼ਿੰਦਾਨ 'ਚ ਆਏ ਫਰਮਾਉਂਦੇ ਨੇ ਕਮੀਨਿਓ, ਮੇਰੀ ਭੈਣ ਨੂੰ ਬਾਬੇ ਨਾਲ ਬੜਾ ਪਿਆਰ ਹੈ, ਇੱਕ ਲਾਜ਼ਾ ਮੇਰੇ ਬਾਬੇ ਦਾ ਸਰ ਭੇਜੋ, ਮੇਰੀ ਭੈਣ ਨਾ ਰੋਸੇ। ਉਸ ਵਾਲ ਦੇ ਮੁਕਾਣੀਓ ਕਮੀ ਨਾ ਡੇ ਕੇ ਹੈ ਸਜਾਦ, ਕਿਆ ਸਬੂਤ ਹੈ ਜੋ ਤੇਰੀ ਬਾਬੇ ਦਾ ਸਰ ਭੇਜਾਂ, ਤੇਰੀ ਭੈਣ ਨਾ ਰੋਸੇ, ਧੀਆਂ ਜੋ ਸਰ ਚ ਵਹਿ। ਮੇਰੇ ਇਮਾਮ ਰੋ ਕੇ ਫਰਮਾਉਂਦੇ ਨਾ ਕਮੀ ਨਾ ਹਯਾ ਕਰ, ਜਦਾਂ ਮੁੱਦਤ ਦੇ ਬਾਅਦ ਪਿਓ ਅਤੇ ਧੀ ਇੱਕ ਬਹਿ ਕੋ ਮਿਲ ਸਨ ਮੱਤ ਜੀਂਦੀ ਰਾਸੀ ਤਾਂ ਰੋਸੀ ਨਾ ਹੋਸੀ ਨਾ ਰੋਸੀ, ਜਿਹਦੇ ਬਾਬਾ ਵੈਸੀ ਬਾਬੇ ਦੇ ਨਾਲ ਟੁਰ ਵੈਸੀ ਭਲਾ ਉਹਨੇ। ਬਸ ਮੁਕਾਣੀਓ ਮੇਰੇ ਇਮਾਮ ਨੂੰ ਆਦਨ ਗਿਨ ਮੰਜ ਬਾਬੇ ਦਾ ਸਰ, ਜਵਾਨ ਪੁੱਤਰ ਦੇ ਹੱਥਾਂ ਦੇ ਗਰੀਬ ਪਿਉਂ ਦਾ ਸਾਰਾ ਹੈ। ਮੇਰੇ ਇਮਾਮ ਬਾਬੇ ਦਾ ਸਰ ਚਾਈ ਵਧੇਨ ਮੁਕਾਣੀਓ, ਮੇਰੇ ਇਮਾਮ ਡੇ ਕੇ ਬਾਬੇ ਵਾਲੇ ਪਾਸੇ ਆਦਨ, ਬਾਬਾ ਅੱਖੀ ਖੋਲ ਮੈਂ ਬੁੱਢੜਾ ਹੋ ਗਿਆ। ਬਾਬਾ ਦੇਖ ਤਾਂ ਸਹੀ ਹੈ ਸ਼ਾਮ ਦਾ ਜ਼ਿੰਦਾਨ ਹੈ ਬਾਜ਼ਾਰ ਨਹੀਂ, ਬਾਬਾ ਦੇਖ ਤਾਂ ਸਹੀ ਤੁਹਾਡੀ ਧੀ ਜਿਣਕਾਂ ਵਧੀ ਜਲੇਂਦੀ ਏ। ਮੁਕਾਣੀਓ ਮੇਰੇ ਇਮਾਮ ਬਾਬੇ ਦਾ ਸਰ ਚਾ ਕੇ ਸਕੀਨਾ ਦੇ ਕੋਲ ਆ ਕਿਆ ਦਿਨ ਸਕੀਨਾ ਜਾਗ, ਬਾਬਾ ਮਿਲਣ ਆਏ ਧੀਆਂ ਲਿਓ। ਮੁਕਾਣੀਓ ਹੱਕ ਬਣਦਾ ਉਹਦੇ ਵੰਜਿਆ, ਜਿਹਦੇ ਬਾਬੇ ਦਾ ਸਾਰਾ ਹੀ ਸਕੀਨਾ ਉਹਦੇ ਨਹੀਂ ਗਏ ਉਹਦੇ ਆਈਏ, ਜਿਹਦੇ ਮਾਰ ਬਾਪ ਬੈਠੀ ਆਈ ਰੋ ਕੇ ਆਦੀ ਹੈ ਅੰਮਾ ਮੈਨੂੰ ਆਸਾ ਦੇ ਮੈਂ ਬੁੱਢੜੀ ਹੋ ਗਈ ਹਾਂ। ਅੰਮਾ ਅੱਜ ਮੁੱਦਤ ਦੇ ਬਾਅਦ ਮੈਨੂੰ ਬਾਬਾ ਮਿਲਣ ਆਇਆ ਹੈ, ਮੈਂ ਬਾਬੇ ਨੂੰ ਮਿਲਣ ਪਈ ਵੈਂਦੀ ਹਾਂ। ਰੋਣ ਵਾਲੇ ਮੁਕਾਣੀਓ ਮੇਰੀ ਸੈਣ ਬਾਬੇ ਦਾ ਸਰ ਸੀਨੇ 'ਤੇ ਰੱਖਿਆ ਹੈ ਅਤੇ ਬਾਬੇ ਵਾਲੇ ਪਾਸ ਡੇ ਕੇ ਆਦੀ ਬਾਬਾ ਅੱਖੀ ਖੋਲ ਕਮੀ ਨਾ ਮੰਗਿਆ ਮੈਂ ਦੁਰ ਲਾ ਦੇਵਾਂ, ਬਾਬਾ ਤੁਹਾਡੇ ਬਾਅਦ ਮੈਂ ਤਮਾ 'ਚ ਵਜੀ ਜਲੇਂਦੀ ਹਾਂ। ਮੇਰੀ ਮਾਂ ਫਰਮਾਉਂਦੇ ਸਕੀਨਾ ਕਿਵੇਂ ਵਧੀ ਨਿਭਦੀ ਆਈ, ਰੋ ਰੋ ਕੇ ਆਦੀ ਰੁਕ ਸਾਰ ਗਵਾਹੇ ਨਦੀ ਤੈੜੀ ਦੇ ਤੇ ਜਿਹੜੇ ਸ਼ਾਮ ਆ ਜ਼ੁਲਾਮ ਕਮਾਏ ਪਹਿਲੇ ਦੁਰ ਲਾਏ ਵੱਧ ਚਾਦਰਾਂ ਲੁੱਟੀਆਂ ਪਿੱਛੇ ਆਣ ਖਿਆਮ ਜਲਾਏ ਰੋ ਕੇ ਆਦੀ ਆਇਓ ਰਾ ਸਾਰੇ ਵਿੱਚ ਉੱਠ ਸਾੜੇ ਤੇ ਇਹਨਾਂ ਘੋੜਿਆਂ ਨਾਲ ਬਜਾਏ ਮੈਂ ਕੂੰ ਘੇਨ ਵਾਂਜ ਆਪਣੀ ਆਇਓ ਦੁਨੀਆਂ ਤੇ ਮੈਂ ਕੂੰ ਖਾ ਗਈ ਗਰਾਮ ਹਵਾ ਆਲਾ।